ਹਾਂਜੀ ਵੀਡੀਓ ਰੇ ਦੇਖ ਰਹੇ ਹੋ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਮੈਂ ਸਟ੍ਰੀਮਰ ਤੇਰੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਵੀਡੀਓ ਹੈ ਜੀ 43600 ਦੀ ਵੀਡੀਓ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਵੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਾ ਜਿਹੜਾ ਬਟਨ ਹੈਗਾ ਉਹ ਪ੍ਰੈਸ ਕਰ ਲਓ ਤਾਂ ਕਿ ਨਵੀਂ-ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਇਹ ਫੋਡ 3682 ਮਾਡਲ ਆ ਜੀ। ਬਾਈ ਹਰਪ੍ਰੀਤ ਦਾ ਜੱਸੀ ਬਾਗ ਵਾਲੀ ਪਿੰਡ ਤੋਂ ਨੇੜੇ ਡੱਬ ਵਾਲੀ ਮੰਡੀ ਦੇ ਤੇ ਇੱਕ ਤਾਂ ਇਹ ਲਿਫਟ ਪੰਪ ਆ ਜਿਹੜਾ ਪੁਰਾਣੇ ਮਾਡਲਾਂ ਦੇ ਦੇਗ ਦੀ ਬਾਡੀ ਵਾਲਾ ਆਉਂਦਾ ਇਹ ਆਪਾਂ ਇਹਦੇ ਐਲੂਮੀਨੀਅਮ ਦੀ ਬਾਡੀ ਵਾਲਾ ਲਾਉਣਾ। ਇਹ ਵਜ਼ਨ ਘੱਟ ਚੱਕਦਾ ਹੈਗਾ। ਤੇ ਇੱਕ ਇਹਦਾ ਡੀਜ਼ਲ ਪੰਪ ਤੇ ਨਿਓ ਜਲਾ ਇਹ ਦੇਤੀਆਂ ਕੋਲ ਕੇ ਆਪਾਂ ਬਾਈ ਸ਼ਵਿੰਦਰ ਨੂੰ ਡੱਬ ਵਾਲੇ ਵਾਲੇ ਨੂੰ ਤੇ ਇੱਕ ਇਹਦੀ ਲਿਫਟ ਜੌਬ ਹੈ ਲਿਫਟ ਜੌਬ ਦਾ ਤਕਰੀਬਨ ਇਹਦਾ ਸਾਰਾ ਹੀ ਟੋਟਲ ਕੰਮ ਹੀ ਹੋਣ ਵਾਲਾ ਹੈਗਾ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਆ ਜਿਆਦਾ ਲਿਫਟ ਦੀ ਪ੍ਰੋਬਲਮ ਜਦੋਂ ਤੇਲ ਖਰਾਬ ਹੋ ਜਾਂਦਾ ਨਾ ਤੇ ਉਦੋਂ ਥੋੜੀ ਵੱਧ ਜਾਂਦੀ ਹੈ ਦਿੱਕਤ ਇਹ ਦੇਖੋ ਇਹਦੀ ਫੁੱਲ ਲਿਫਟ ਜੌਬ ਹੋਣੀ ਆ ਤੇ ਡੀਜ਼ਲ ਪੰਪ ਦਾ ਡਿਸਪੋਜ਼ਲ ਵਧੀਆ ਚ ਤੇ ਜਿੰਨਾ ਵੀ ਕੰਮ ਹੁੰਦਾ ਸਾਰਾ ਤਸੱਲੀ ਬਖਸ਼ ਕੰਮ ਹੁੰਦਾ ਆਪਣੀ ਵਰਕਸ਼ਾਪ ਤੇ ਵੈਸੇ ਤਾਂ ਮਾੜਾ ਖਬਾਉਣ ਨੂੰ ਕਿਸੇ ਦਾ ਵੀ ਨਹੀਂ ਜੀ ਕਰਦਾ ਸਾਰੇ ਭਰਾ ਹੀ ਵਧੀਆ ਕੰਮ ਕਰਦੇ ਆ ਤਸੱਲੀ ਬਖਸ਼ ਕੰਮ ਕਰਦੇ ਆ ਤੇ ਇਹ 6600 ਦੇ ਜੰਕ ਪ੍ਰੈਮਰ ਵੱਜ ਗਿਆਗਾ ਤੇ ਇਹਦੀ ਵੀ ਬਹੁਤ ਜਲਦ ਵੀਡੀਓ ਆਪਾਂ ਤੁਹਾਡੇ ਰੂਬਰੂ ਕਰਾਂਗੇ ਤੇ ਜ਼ਿੰਕ ਪ੍ਰੈਮਰ ਦੀ ਕੁਆਲਿਟੀ ਬਹੁਤ ਵਧੀਆ ਆਈ ਹੈ ਤੇ ਜਦੋਂ ਇਹ ਤਿਆਰ ਹੋ ਗਿਆ ਸਾਰਾ ਫੁੱਲ ਤਿਆਰ ਹੋ ਗਿਆ ਤੇ ਉਦੋਂ ਤਾਂ ਫਿਰ ਇਹ ਗੱਲ ਹੀ ਬਣ ਜਾਣੀ ਐ ਨੀ ਇਹਦੀ ਤੇ ਬਾਕੀ ਕਮੈਂਟ ਕਰਦੇ ਰਿਹਾ ਕਰੋ ਕੰਮ ਆਪਣਾ ਕਿਵੇਂ ਲੱਗਦਾ ਇਹ ਵੀ ਦੱਸਿਆ ਕਰੋ ਜੇ ਕੋਈ ਉੰਨੀ ਕੀ ਗੱਲ ਹੁੰਦੀ ਹੈ ਕਮੀ ਪੇਸ਼ੀ ਹੁੰਦੀ ਆ ਉਹ ਜ਼ਰੂਰ ਦੱਸਿਆ ਕਰੋ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਤੇ ਕਮੀ ਪੇਸ਼ੀ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸੁਝਾਅ ਸਾਡੇ ਸਿਰ ਮੱਥੇ ਆ ਤੇ ਵੀਡੀਓ ਚੰਗੀ ਲੱਗੀ ਲਾਇਕ ਕਮੈਂਟ ਸ਼ੇਅਰ ਕਰਨੇ ਨਾ ਭੁੱਲਿਓ ਕੰਟੈਕਟ ਨੰਬਰ ਆਪਣਾ 98147 37596 94782 37596 ਜੀ ਬਹੁਤ ਬਹੁਤ ਧੰਨਵਾਦ